ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਵਿਖੇ NIA ਨੇ ਕੀਤੀ ਰੇਡ, ਮਕਾਨ ਮਾਲਕ ਨੇ ਟੀਮ ਤੇ ਬੇਵਜ੍ਹਾ ਪਰੇਸ਼ਾਨ ਕਰਨ ਦੇ ਲਗਾਏ ਆਰੋਪ। ਪੰਚਕੂਲਾ ਚ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਗਈ ਜਾਨ, ਤਿੰਨ ਹੋਏ ਗੰਭੀਰ ਜ਼ਖਮੀ। DAV ਕਾਲਜ ਚੰਡੀਗੜ੍ਹ ਦੇ ਪ੍ਰੋਫੈਸਰ ਦਾ ਕਾਰਨਾਮਾ, ਅੱਧੀ ਰਾਤ ਨੂੰ ਵਿਦਿਆਰਥਣਾਂ ਨੂੰ ਮਿਲਣ ਲਈ ਬੁਲਾਉਂਦਾ ਸੀ ਪ੍ਰੋਫੈਸਰ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਵਿਖੇ NIA ਨੇ ਰੇਡ ਕੀਤੀ ਹੈ। ਟੀਮ ਵੱਲੋਂ ਇਹ ਰੇਡ ਇੱਕ ਮੋਬਾਈਲ ਨੰਬਰ ਦੇ ਸੰਬੰਧ ਵਿੱਚ ਗੁਰਮਿੰਦਰ ਸਿੰਘ ਵਾਸੀ ਮੰਡੀ ਕਲਾਂ ਦੇ ਘਰ ਕੀਤੀ ਗਈ, ਜਿੱਥੇ ਤੜਕਸਾਰ ਪਹੁੰਚੀ ਟੀਮ ਨੇ ਪੂਰੇ ਘਰ ਦੀ ਫਰੋਲਾ ਫਰਾਲੀ ਕੀਤੀ ਅਤੇ ਮਕਾਨ ਮਾਲਕ ਗੁਰਮਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਹੈ। ਉਹਨਾਂ ਨੂੰ NIA ਦੇ ਚੰਡੀਗੜ੍ਹ ਦਫ਼ਤਰ ਵਿਖੇ 30 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ। ਗੁਰਮਿੰਦਰ ਸਿੰਘ ਦਾ ਕਹਿਣਾ ਸੀ ਕਿ ਟੀਮ ਵੱਲੋਂ ਇਹ ਰੇਡ ਮੋਬਾਈਲ ਨੰਬਰ ਪਿੱਛੇ ਕੀਤੀ ਗਈ, ਉਸਦੇ ਪਰੂਫ 'ਤੇ ਕਿਸੇ ਦਾ ਨੰਬਰ ਚੱਲ ਰਿਹਾ ਜਿਸ ਬਾਰੇ ਉਸਨੂੰ ਕੋਈ ਪਤਾ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਬੇਵਜ੍ਹਾ ਜਿੱਥੇ ਪਰੇਸ਼ਾਨ ਕੀਤਾ ਗਿਆ ਉੱਥੇ ਹੀ ਉਹਨਾਂ ਦੇ ਪਿੰਡ ਵਿੱਚ ਬਦਨਾਮੀ ਵੀ ਹੋਈ ਹੈ। ਜੇਕਰ ਇਸ ਕੇਸ ਵਿੱਚ ਕੁਝ ਨਹੀਂ ਨਿਕਲਦਾ ਤਾਂ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਜੀ ਕੋਈ ਨੰਬਰ ਚੱਲ ਰਿਹਾ ਕਿਸੇ ਕੋਲ ਅਤੇ ਉਹ ਮੇਰੇ ਪਰੂਫ ਆਉਂਦੇ ਆ ਜੀ, ਉੱਥੇ ਬੋਲਦੇ ਨੇ ਅਤੇ ਪਰ ਮੈਂ ਉਹ ਨੰਬਰ ਨਹੀਂ ਲਿਆ। ਵਾਰੇ ਵਾਰ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹਨੇ ਉਹ ਕੀਤਾ ਮੇਰੀ ਗੱਡੀ 'ਤੇ ਚੱਲ ਰਿਹਾ ਕੋਈ ਵੀ ਤੁਹਾਡੇ ਨੰਬਰ ਨੂੰ ਲੈ ਕੇ ਤੁਹਾਡੇ ਘਰ ਰੇਡ ਪਈ ਹੈ? ਹਾਂਜੀ ਹਾਂਜੀ, ਨੰਬਰ ਨੂੰ ਲੈ ਕੇ। ਨੰਬਰ ਤੁਹਾਡੇ ਕੋਲ ਚੱਲ ਨਹੀਂ ਰਿਹਾ ਉਹ? ਨਾ ਜੀ ਸਾਡੇ ਕੋਲ ਨਾ ਹੀ ਮੈਂ ਲਿਆ ਉਹ ਨੰਬਰ ਜੀ, ਇਹ 2023 'ਚ ਕਹਿੰਦੇ ਨੇ ਲਿਆ, ਮੈਂ ਤਾਂ ਜਦੋਂ 14-15 ਸਾਲ ਪਹਿਲਾਂ ਨੰਬਰ ਲਏ ਨੇ ਜਿਹੜੇ ਵੀ ਨੇ ਮੇਰੇ ਨੰਬਰ। ਹਾਂਜੀ, ਅਤੇ ਮੈਂ ਤਾਂ ਨੰਬਰ ਹੀ ਲਏ ਕੋਈ। ਤੁਸੀਂ ਕਿੱਥੋਂ ਦੇ ਵਾਸੀ ਹੋ? ਰਹਿਣ ਵਾਲੇ ਜੀ, ਆਪਣਾ ਪਿੰਡ ਰਾਮਪੁਰ ਹੈ ਜੀ ਜੀ, ਮੋੜ ਰੋਡ ਪੱਤੋ ਵਾਲੀ ਗਲੀ ਜੀ। ਹਾਂਜੀ, ਅਤੇ ਕੀ ਉਹਨਾਂ ਨੇ NIA ਨੇ ਤੁਹਾਡੇ ਘਰ ਦੀ ਤਲਾਸ਼ੀ ਲਈ ਕੀ? ਹਾਂਜੀ, ਸਾਰੀ ਤਲਾਸ਼ੀ A to Z, ਬੈਗਾਂ ਦੀ ਵੀ, ਅਲਮਾਰੀਆਂ ਦੀ, ਕੱਪਬੋਰਡ ਉੱਪਰ, ਮਾਮਟੀ ਛੱਤ ਸਾਰੀ ਜੀ। ਕੁਛ ਲੈ ਕੇ ਗਈ, ਲੈ ਕੇ ਗਏ ਨੇ ਨਾਲ? ਨਹੀਂ ਨਹੀਂ, ਲੈ ਕੇ ਕੁਛ ਨਹੀਂ ਸੀ। ਸਾਡੇ ਕੋਈ ਫੋਨ ਵਗੈਰਾ ਤੁਹਾਡੇ ਨਾਲ? ਫੋਨ ਲੈ ਕੇ ਗਏ ਜੀ ਦੋਨਾਂ ਦੀ। ਅੱਛਾ, ਤੁਹਾਡੇ ਦੋਨਾਂ ਦੇ ਫੋਨ ਲੈ ਕੇ ਗਏ ਜੀ? ਹਾਂਜੀ ਹਾਂਜੀ। ਇਹ ਕਿੱਥੋਂ ਆਏ ਸੀ, ਤੁਹਾਨੂੰ ਕੋਈ ਐਪਲੀਕੇਸ਼ਨ ਵਗੈਰਾ ਦਿੱਤੀ ਹੈ? ਇਹ ਸਾਨੂੰ ਤਾਂ ਬੋਲਦੇ ਵੀ ਦਿੱਲੀ ਤੋਂ ਟੀਮ ਆਈ ਹੈ ਜੀ ਜੀ। ਹਾਂਜੀ ਹਾਂਜੀ, ਅਤੇ ਤੁਹਾਨੂੰ ਕੋਈ ਬੁਲਾਇਆ ਦੁਬਾਰਾ? ਇਹਨਾਂ ਨੇ ਕਿੱਥੇ ਬੁਲਾਇਆ ਜੀ? ਬੁਲਾਇਆ ਜੀ ਸਾਨੂੰ 30 ਤਰੀਕ ਨੂੰ ਚੰਡੀਗੜ੍ਹ ਬੁਲਾਇਆ ਜੀ ਉੱਥੇ। ਚੰਡੀਗੜ੍ਹ ਬੁਲਾਇਆ ਤੁਹਾਨੂੰ? ਹਾਂਜੀ, 30 ਤਰੀਕ ਨੂੰ। 30 ਤਰੀਕ ਅਤੇ ਹੋਰ ਕੋਈ ਤੁਹਾਡਾ ਕਿਸੇ, ਤੁਸੀਂ ਕੰਮ ਕੀ ਕਰ ਰਹੇ ਹੋ? ਮੈਂ ਤਾਂ ਜੀ ਟ੍ਰਾਂਸਪੋਰਟ ਮਹਿਕਮੇ 'ਚ ਕੰਮ ਕਰ ਰਿਹਾ। ਜੀ ਇਸ ਵੇਲੇ ਤਾਂ ਆਪਾਂ ਡਿਊਟੀ ਔਰਬਿਟ ਬੱਸ ਸਰਵਿਸ। ਅਤੇ ਬੇਟਾ ਜੀ? ਬੇਟਾ ਡਰਾਈਵਿੰਗ ਕਰ ਰਿਹਾ ਜੀ। ਡਰਾਈਵਿੰਗ ਪੇਪਰ 'ਤੇ? ਹਾਂਜੀ ਹਾਂਜੀ ਜੀ। ਤੁਹਾਡਾ ਕਿਸੇ ਕੋਈ ਸੰਸਥਾ, ਨਾ ਕਿਸੇ ਜਥੇਬੰਦੀ, ਨਾ ਕੋਈ ਸੰਬੰਧ? ਨਾ ਜੀ, ਆਪਣਾ ਕਿਸੇ ਨਾਲ ਨਹੀਂ। ਪਹਿਲੇ ਦਿਨ ਤੋਂ ਅਸੀਂ ਅਕਾਲੀ ਦਲ ਨਾਲ ਜੁੜੇ ਹੋਏ ਹਾਂ। ਉਹ ਜੀ ਵੋਟ ਪਾਈ ਦੀ ਆ ਬਸ, ਜਿੱਥੇ ਕਿਤੇ ਮਾੜਾ ਮੋਟਾ ਜਾਈਦਾ, ਉਹ ਸਾਡਾ ਕੋਈ ਸੰਬੰਧ ਨਹੀਂ ਕਿਸੇ ਨਾਲ ਜੀ। ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੀ, ਜੇ ਕੋਈ ਗੱਲਬਾਤ ਨਹੀਂ ਨਿਕਲਦੀ, ਇਹ ਵਾਧੂ ਦੀ ਕਿੰਨੀ ਸਾਡੀ ਇੱਥੇ ਬਦਨਾਮੀ ਵੀ ਹੋਈ ਇਸ ਗੱਲ ਦੇ ਵਿੱਚ, ਇਨਸਾਫ ਸਹੀ ਮਿਲਣਾ ਚਾਹੀਦਾ ਸਾਨੂੰ।
ਪੰਚਕੂਲਾ 'ਚ ਵਾਪਰੇ ਇੱਕ ਸੜਕ ਹਾਦਸੇ ਦੇ ਵਿੱਚ ਇੱਕ ਵਿਦਿਆਰਥੀ ਦੀ ਜਾਨ ਚਲੀ ਗਈ, ਜਿੱਥੇ ਸਥਾਨਕ ਚੰਡੀ ਮੰਦਰ ਟੋਲ ਪਲਾਜ਼ਾ ਫਲਾਈਓਵਰ ਦੇ ਨੇੜੇ ਇੱਕ ਕਾਰ ਟਰੱਕ ਨਾਲ ਜਾ ਟਕਰਾਈ। ਦੱਸਿਆ ਜਾ ਰਿਹਾ ਕਿ ਚਾਰ ਵਿਦਿਆਰਥੀ, ਜਿਨ੍ਹਾਂ ਦੀ ਉਮਰ 18-18 ਸਾਲ ਦੱਸੀ ਜਾ ਰਹੀ ਹੈ, ਚਾਰੋਂ ਨੌਜਵਾਨ ਪੰਚਕੂਲਾ ਦੇ ਰਹਿਣ ਵਾਲੇ ਨੇ, ਜੋ ਗੇੜੀ ਮਾਰਨ ਦੇ ਚੱਕਰ 'ਚ ਪਿੰਜੌਰ ਜਾ ਰਹੇ ਸਨ। ਅਤੇ ਦੇਰ ਰਾਤ ਜਿਵੇਂ ਹੀ ਕਾਰ ਟੋਲ ਪਲਾਜ਼ਾ ਨੇੜੇ ਫਲਾਈਓਵਰ ਕੋਲ ਪਹੁੰਚੀ ਤਾਂ ਅੱਗੇ ਚੱਲ ਰਹੇ ਟਰੱਕ ਨਾਲ ਟਕਰਾ ਗਈ, ਜਿਸ ਦੌਰਾਨ ਚਾਰੋਂ ਨੌਜਵਾਨ ਜ਼ਖਮੀ ਹੋਏ, ਜਿਨ੍ਹਾਂ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ, ਜਿੱਥੇ ਕਿ 19 ਸਾਲਾ ਅੰਸ਼ ਨਾਗਪਾਲ ਦੀ ਹਸਪਤਾਲ ਜਾਂਦੇ ਹੋਏ ਮੌਤ ਹੋ ਗਈ। ਆਜ ਚਾਰ ਬੱਚੇ ਇੱਕ ਕਾਰ ਮੇਂ ਸਵਾਰ ਹੋਕਰ ਕਾਲਕਾ ਰੋਡ ਪੇ ਟੋਲ ਪਲਾਜ਼ਾ ਫਲਾਈਓਵਰ ਕੇ ਉੱਪਰ ਸੇ ਗੁਜ਼ਰ ਰਹੇ ਥੇ, ਤੋ ਉਹਨਾਂ ਨੇ ਆਪਣੀ ਗਾੜੀ ਤੇਜ਼ ਗਤੀ ਸੇ ਥੀ, ਤੋ ਇੱਕ ਟਰੱਕ ਮੇਂ ਮਾਰ ਦੀ ਪਿੱਛੇ ਸੇ, ਜਿਸ ਸੇ ਉਹ ਬੱਚੇ ਇੰਜਰਡ ਹੋ ਗਏ। ਇਹਨਾਂ ਸੇ ਇੱਕ ਵੰਸ਼ ਰਾਮ ਕਾ ਲੜਕਾ ਨਾਗਪਾਲ ਹੈ, ਉਸਕੀ ਡੈਥ ਹੋ ਚੁੱਕੀ ਹੈ। ਬਾਕੀ ਬੱਚੇ ਅਭੀ ਐਡਮਿਟ ਹੈ ਔਰ ਉਨ੍ਹਾਂ ਦਾ ਇਲਾਜ ਸੈਕਟਰ 6 ਮੇਂ ਚੱਲ ਰਿਹਾ ਹੈ। तो सर ट्रक को अभी कब्जे में ले लिया है या ड्राइवर को, किसी की गिरफ्तारी तो नहीं हुई है सर अभी? अभी ट्रक को तो पुलिस के पोजेशन में है, परंतु हम इंक्वायरी कर रहे हैं, अभी किसी की गिरफ्तारी नहीं की। ਚੰਡੀਗੜ੍ਹ ਦੇ ਸੈਕਟਰ 10 ਸਥਿਤ DAV ਕਾਲਜ ਵਿੱਚ ਇੱਕ ਵਾਰ ਫਿਰ ਕਾਲਜ ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਹੋਣ ਦਾ ਮਾਮਲਾ ਸਾਹਮਣੇ ਆਇਆ, ਜਿਸ 'ਚ ਵਿਦਿਆਰਥੀਆਂ ਨੇ ਪ੍ਰੋਫੈਸਰ 'ਤੇ ਦੋਸ਼ ਲਗਾਇਆ ਕਿ ਪ੍ਰੋਫੈਸਰ ਉਹਨਾਂ ਨੂੰ ਦੇਰ ਰਾਤ ਤੱਕ ਮੈਸੇਜ ਹੀ ਨਹੀਂ ਕਰਦਾ, ਸਗੋਂ ਸੈਕਸ਼ੁਅਲ ਫੇਵਰ ਦੀ ਮੰਗ ਵੀ ਕਰਦਾ। ਵਿਦਿਆਰਥੀਆਂ ਵੱਲੋਂ ਦਿੱਤੀ ਗਈ ਸ਼ਿਕਾਇਤ 'ਚ 5 ਵਿਦਿਆਰਥਣਾਂ ਨਾਲ ਛੇੜਛਾੜ ਦੇ ਮਾਮਲਿਆਂ ਦਾ ਵੀ ਜ਼ਿਕਰ ਕੀਤਾ ਗਿਆ, ਜਿਸ 'ਚ ਦੱਸਿਆ ਗਿਆ ਕਿ ਰਾਤ ਨੂੰ ਮੈਸੇਜ ਭੇਜ ਕੇ ਪਹਿਲਾਂ ਟੈਲੀਗ੍ਰਾਮ 'ਤੇ ਫਿਰ ਸਨੈਪਚੈਟ ਦੀ ID ਮੰਗ ਲਈ ਗਈ ਅਤੇ ਫਿਰ ਵਿਦਿਆਰਥੀਆਂ ਨੂੰ ਮਿਲਣ ਲਈ ਕਿਹਾ ਗਿਆ। ਇਸੇ ਤਰ੍ਹਾਂ ਇੱਕ ਹੋਰ ਵਿਦਿਆਰਥਣ ਨਾਲ ਸੈਕਸ਼ੁਅਲ ਫੇਵਰ ਦੀ ਮੰਗ ਕਰਦੇ ਹੋਏ ਮੈਸੇਜ ਕੀਤਾ ਗਿਆ। ਵਿਦਿਆਰਥਣ ਨੇ ਜਦੋਂ ਰਾਤ ਨੂੰ ਮੈਸੇਜ ਦਾ ਜਵਾਬ ਨਾ ਦਿੱਤਾ ਤਾਂ ਸਵੇਰੇ ਉਸ ਨਾਲ ਦੁਰਵਿਹਾਰ ਕੀਤਾ ਗਿਆ। ਵਿਦਿਆਰਥਣਾਂ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਕਾਲਜ ਪ੍ਰਿੰਸੀਪਲ, ਸਕੱਤਰ ਯੁਵਾ ਮਾਮਲਿਆਂ ਮੰਤਰਾਲੇ, ਸਕੱਤਰ ਸਿੱਖਿਆ ਚੰਡੀਗੜ੍ਹ, ਡਾਇਰੈਕਟਰ NSS ਖੇਤਰ, ਡਾਇਰੈਕਟਰੀ NSS ਚੰਡੀਗੜ੍ਹ, ਡਾਇਰੈਕਟਰ ਹਾਇਰ ਐਜੂਕੇਸ਼ਨ ਅਤੇ ਲਾਇਜ਼ਨ ਅਫਸਰ NSS ਸਮੇਤ ਅੰਦਰੂਨੀ ਸ਼ਿਕਾਇਤ ਕਮੇਟੀ ਨੂੰ ਕੀਤੀ ਗਈ ਹੈ। ਇੰਨਾ ਹੀ ਨਹੀਂ, ਸ਼ਿਕਾਇਤ 'ਚ ਇਹ ਵੀ ਮੰਗ ਕੀਤੀ ਗਈ ਕਿ ਨਾ ਸਿਰਫ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ, ਸਗੋਂ ਅਜਿਹੇ ਪ੍ਰੋਫੈਸਰਾਂ ਨੂੰ ਭਵਿੱਖ ਵਿੱਚ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਕਿਸੇ ਵੀ ਤਰ੍ਹਾਂ ਦਾ ਸਨਮਾਨ ਨਹੀਂ ਦਿੱਤਾ ਜਾਣਾ ਚਾਹੀਦਾ ਅਤੇ ਕਲੱਬਾਂ ਤੋਂ ਬਰਖਾਸਤ ਕੀਤੇ ਜਾਣ ਵਰਗੇ ਹੋਰ ਕੰਮ ਕਰਨ ਦੀ ਲੋੜ ਹੈ। ਬੀਤੇ ਦਿਨੀ ਥਾਣਾ ਦੀਨਾਨਗਰ ਅਧੀਨ ਆਉਂਦੇ ਪਿੰਡ ਰਣਜੀਤ ਬਾਗ ਦੇ ਰਜਵਾਹੇ 'ਚ ਬੋਰੀ 'ਚ ਬੰਨੀ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ। ਇਸ ਮਾਮਲੇ 'ਚ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੀ ਚਚੇਰੀ ਭੈਣ ਅਤੇ ਉਸਦੇ ਪ੍ਰੇਮੀ ਨੂੰ ਕਾਬੂ ਕਰ ਲਿਆ ਗਿਆ ਸੀ। ਕਾਤਲ ਚਚੇਰੀ ਭੈਣ ਨੇ ਦੱਸਿਆ ਸੀ ਕਿ ਮ੍ਰਿਤਕ ਨੌਜਵਾਨ ਨੇ ਉਸਨੂੰ ਪ੍ਰੇਮੀ ਨਾਲ ਮਿਲਦੇ ਦੇਖਿਆ ਸੀ, ਇਸ ਲਈ ਉਸਦਾ ਕਤਲ ਹੋਇਆ। ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੀਨਾਨਗਰ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਲਗਾ ਕੇ ਸੜਕ ਜਾਮ ਕੀਤੀ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਰਮੇਸ਼ ਲਾਲ ਨੇ ਦੱਸਿਆ ਕਿ ਉਹਨਾਂ ਦੇ ਬੇਟੇ, ਜਿਸਦਾ ਬੀਤੇ ਦਿਨੀ ਬੇਰਹਿਮੀ ਨਾਲ ਕਤਲ ਕੀਤਾ ਗਿਆ, ਬਾਰੇ ਵਿੱਚ ਪੁਲਿਸ ਸਟੇਸ਼ਨ ਦੀਨਾਨਗਰ ਵਿਖੇ ਤਾਇਨਾਤ ਇੱਕ ਮੁਲਾਜ਼ਮ ਵੱਲੋਂ ਫੋਨ 'ਤੇ ਬੇਹੱਦ ਗਲਤ ਅਤੇ ਨਿੰਦਣਯੋਗ ਗੱਲਾਂ ਕੀਤੀਆਂ ਗਈਆਂ, ਜਿਸ ਨੂੰ ਲੈ ਕੇ ਉਹਨਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਨੌਜਵਾਨ ਦੇ ਪਿਤਾ ਨੇ ਕਿਹਾ ਕਿ ਉਹਨਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਇਸ ਪੁਲਿਸ ਅਧਿਕਾਰੀ ਦੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਇਸ ਸੰਬੰਧ ਵਿੱਚ ਜਦੋਂ DSP ਦੀਨਾਨਗਰ ਨਾਲ ਰਾਬਤਾ ਬਣਾਇਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਸੰਬੰਧ ਵਿੱਚ ਕਾਰਵਾਈ ਕੀਤੀ ਜਾਵੇ। ਫਿਰੋਜ਼ਪੁਰ ਸਬਜ਼ੀ ਮੰਡੀ ਅਤੇ ਦਾਣਾ ਮੰਡੀ 'ਚ ਹੋ ਰਹੀ ਲੁੱਟ ਖੋਹ ਨੂੰ ਲੈ ਕੇ ਆੜ੍ਹਤੀ ਸਬਜ਼ੀ ਮੰਡੀ ਅਤੇ ਦਾਣਾ ਮੰਡੀ ਦੇ ਆੜ੍ਹਤੀਆਂ ਦੀ ਇੱਕ ਮੀਟਿੰਗ ਮਾਰਕੀਟ ਕਮੇਟੀ ਦਫ਼ਤਰ 'ਚ ਹੋਈ, ਜਿਸ ਵਿੱਚ ਚੇਅਰਮੈਨ ਮਾਰਕੀਟ ਕਮੇਟੀ ਬਰਲਾਲ ਸਿੰਘ ਕਟੋਰਾ, ਦਾਣਾ ਮੰਡੀ ਆੜ੍ਹਤੀਆਂ ਦੇ ਪ੍ਰਧਾਨ ਤਿਲਕ ਰਾਜ, ਸਬਜ਼ੀ ਮੰਡੀ ਦੇ ਪ੍ਰਧਾਨ ਅਸ਼ੋਕ ਜੀ ਅਤੇ ਹੋਰ ਵੀ ਆੜ੍ਹਤੀ ਅਤੇ ਲੇਬਰ ਦੇ ਮੈਂਬਰ ਮੌਜੂਦ ਰਹੇ। ਇਸ ਉਪਰੰਤ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ DSP ਸੁਖਵਿੰਦਰ ਸਿੰਘ ਵੀ ਮੀਟਿੰਗ 'ਚ ਮੌਜੂਦ ਰਹੇ। DSP ਨੇ ਭਰੋਸਾ ਦਿੱਤਾ ਹੈ ਕਿ ਲੁੱਟਾਂ ਖੋਹਾਂ ਨੂੰ ਲੈ ਕੇ ਸਵੇਰੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਪੈਟਰੋਲੀਅਮ ਲਗਾਈ ਗਈ ਹੈ। ਜਾਣਕਾਰੀ ਦਿੰਦੇ ਹੋਏ ਆੜ੍ਹਤੀਆਂ ਅਤੇ DSP ਸਚਿਵ ਸੁਖਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਸ਼ਿਕਾਇਤ ਮਿਲੇਗੀ ਉਸ 'ਤੇ ਉਹ ਕਾਰਵਾਈ ਕਰਨਗੇ।
ਮਾਰਗਮੰਡੀ ਦਫ਼ਤਰ 'ਚ ਆਏ ਹੋ, ਕਿਸ ਮਸਲੇ ਵਾਸਤੇ ਆਏ ਹੋ? ਮੰਡੀ ਦੇ ਮਸਲੇ 'ਚ ਆਏ ਜੀ, ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਚੋਰੀਆਂ ਦੀਆਂ ਲੁੱਟਾਂ ਤਾਂ ਪਹਿਲਾਂ ਸ਼ੁਰੂ ਹੋ ਗਈਆਂ ਜੀ। ਜਿਹੜਾ ਬੰਦਾ ਸਬਜ਼ੀ ਮੰਡੀ ਵੀ ਆਉਂਦੇ ਉਹਨਾਂ ਨੂੰ ਕਾਪੜ ਨਾਲ ਲੁੱਟੀ ਪੁੱਟੀ ਜਾਂਦੇ ਆ, ਇਵੇਂ ਦਾਣਾ ਮੰਡੀ 'ਚ ਸ਼ੁਰੂ ਹੋ ਗਿਆ। ਰਾਤ ਭਰ ਕਿਸੇ ਦਾ ਮਾਲ ਭਰਿਆ ਸ਼ੋਕ ਪ੍ਰਧਾਨ ਦਾ, ਉਹਦੇ ਗੱਟੇ ਚੁੱਕਣ ਪੈ ਗਏ ਚੋਰ ਰਾਤ, ਉਹਦੇ ਵਾਸਤੇ ਸੰਬੰਧ ਇਕੱਠੇ। ਹੁਣ ਕੌਣ ਕਿਹੜਾ ਅਫਸਰ ਆਇਆ ਸੀ? ਡੀਐਸਪੀ ਸਕਿਉਰਿਟੀ ਆਇਆ ਸੀ। ਉਹਨਾਂ ਨੇ ਕੀ ਭਰੋਸਾ ਦਿੱਤਾ ਤੁਹਾਨੂੰ? ਉਹਨਾਂ ਸੁਰੱਖਿਆ ਲਾਤੀ, ਹੁਣ ਮੌਕਾ ਵੇਖਣ ਗਿਆ ਨੇ ਆਪ ਖੁਦ ਵੀ, ਕਹਿੰਦੇ ਮੈਂ ਆਪ ਵਿਜਿਟ ਕਰੂੰਗਾ ਅਤੇ ਵੀ ਜਾਨਮਾਲ ਦੀ ਰੱਖ ਅਤੇ ਦਾ ਪ੍ਰਬੰਧ ਕਰਾਂਗੇ। ਅਜਨਾਲਾ ਸ਼ਹਿਰ ਅੰਦਰ ਦੁਕਾਨਾਂ ਦੇ ਵਿਵਾਦ ਨੂੰ ਲੈ ਕੇ ਇੱਕ ਧਿਰ ਦੇ ਨੌਜਵਾਨ ਵੱਲੋਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਮੈਡੀਕਲ ਸਟੋਰ ਤੇ ਪਹੁੰਚ ਕੇ ਮੈਡੀਕਲ ਸਟੋਰ ਮਾਲਕਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਉੱਥੇ ਹੀ ਤੇਜ਼ ਧਾਰ ਹਥਿਆਰ ਨਾਲ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਭੰਨਤੋੜ ਕਰਕੇ ਦੁਕਾਨ ਦੇ ਬਾਹਰ ਲੱਗੇ ਬੋਰਡ ਦੀ ਵੀ ਬੁਰੀ ਤਰ੍ਹਾਂ ਦੇ ਨਾਲ ਭੰਨਤੋੜ ਕੀਤੀ ਗਈ। ਦੁਕਾਨ ਦੇ ਬਾਹਰ ਲੱਗੇ ਏਸੀ ਕੰਪਰੈਸ਼ਰ ਨੂੰ ਵੀ ਅੱਗ ਲਗਾ ਦਿੱਤੀ ਗਈ। ਦੁਕਾਨਦਾਰ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ। ਇਸ ਮੌਕੇ ਪੀੜਤ ਦੁਕਾਨਦਾਰਾਂ ਨੇ ਕਿਹਾ ਕਿ ਉਹਨਾਂ ਦੀ ਦੁਕਾਨਾਂ ਦਾ ਕੇਸ ਚੱਲ ਰਿਹਾ, ਜਿਸ ਨੂੰ ਲੈ ਕੇ ਉਹਨਾਂ ਨੂੰ ਲਗਾਤਾਰ ਦੂਜੀ ਵਾਰ ਦੂਸਰੀ ਧਿਰ ਵੱਲੋਂ ਧਮਕੀ ਦਿੱਤੀ ਗਈ। ਉਹਨੇ ਕਿਹਾ ਕਿ ਜੇਕਰ ਕੱਲ੍ਹ ਨੂੰ ਉਹਨਾਂ ਦਾ ਕੋਈ ਨੁਕਸਾਨ ਹੁੰਦਾ ਤਾਂ ਵਿਅਕਤੀ ਇਹ ਜ਼ਿੰਮੇਵਾਰ ਹੋਣਗੇ। ਇਸ ਮੌਕੇ ਵਿਰੋਧੀ ਧਿਰ ਦੀ ਮਹਿਲਾ ਨੇ ਕਿਹਾ ਕਿ ਉਹਨਾਂ ਦਾ ਦੁਕਾਨਾਂ ਨੂੰ ਲੈ ਕੇ ਵਿਵਾਦ ਹੈ, ਪਰ ਉਲਟਾ ਉਹਨਾਂ ਉੱਪਰ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਗਲਤ ਨੇ। ਇਸ ਸੰਬੰਧੀ ਥਾਣਾ ਅਜਨਾਲਾ ਦੇ SHO ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਸੀਸੀਟੀਵੀ ਫੁਟੇਜ ਦੀ ਜਾਂਚ ਹੋਵੇਗੀ ਅਤੇ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ IAS ਸੰਗਰੂਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨੂੰ ਸੁਚੱਜੇ ਢੰਗ ਨਾਲ ਸਾਂਭ ਕੇ ਵਾਤਾਵਰਨ ਨੂੰ ਬਚਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਮੈਂ ਸੰਦੀਪ ਰਿਸ਼ੀ, ਡਿਪਟੀ ਕਮਿਸ਼ਨਰ ਸੰਗਰੂਰ, ਸਾਰੇ ਜ਼ਿਲ੍ਹੇ ਦੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਅਸੀਂ ਆਪਣੇ ਖੇਤਾਂ ਦੇ ਵਿੱਚ ਝੋਨੇ ਦੀ ਪਰਾਲੀ ਜਿਹੜੀ ਹੈ ਉਸ ਨੂੰ ਨਾ ਸਾੜੀਏ ਔਰ ਆਪਣੇ ਜ਼ਿਲ੍ਹੇ ਸੰਗਰੂਰ ਨੂੰ ਪ੍ਰਦੂਸ਼ਣ ਮੁਕਤ ਬਣਾਈਏ। ਝੋਨੇ ਦੀ ਪਰਾਲੀ ਨੂੰ ਸਾਂਭਣ ਦੇ ਲਈ ਖੇਤੀਬਾੜੀ ਵਿਭਾਗ ਵੱਲੋਂ ਵੱਖ ਵੱਖ ਮਸ਼ੀਨਰੀ ਜਿਹੜੀ ਹੈ ਉਹ ਸਬਸਿਡੀ ਉੱਤੇ ਦਿੱਤੀ ਜਾ ਰਹੀ ਹੈ, ਉਸ ਨੂੰ ਅਸੀਂ ਅਵੇਲ ਕਰੀਏ ਔਰ ਨਾਲ ਹੀ ਜਿਹੜੇ ਸਾਡੇ ਕਸਟਮ ਹਾਇਰਿੰਗ ਸੈਂਟਰ ਔਰ ਇੰਡੀਵਿਜੁਅਲ ਫਾਰਮਰਸ ਜਿਨ੍ਹਾਂ ਦੇ ਕੋਲ ਇਹ ਮਸ਼ੀਨਰੀ ਹੈ ਔਰ ਅਸੀਂ ਉਸ ਪੂਰੀ ਮਸ਼ੀਨਰੀ ਦੀ ਮੈਪਿੰਗ ਜਿਹੜੀ ਹੈ ਵੱਖ ਵੱਖ ਪਿੰਡਾਂ ਦੇ ਜਿਹੜੇ ਵਿੱਚ ਹੈ ਅਸੀਂ ਕੀਤੀ ਹੋਈ ਹੈ, ਉਹਨੂੰ ਅਸੀਂ ਅਪਣਾ ਕੇ ਆਪਣੀ ਜਿਹੜੀ ਪਰਾਲੀ ਨੂੰ ਸੰਭਾਲੀਏ, ਆਪਣੇ ਖੇਤਾਂ ਵਿੱਚ ਹੀ ਸੰਭਾਲੀਏ ਔਰ ਉਸਨੂੰ ਅੱਗ ਨਾ ਲਗਾਈਏ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਦਾ ਪ੍ਰਦੂਸ਼ਣ ਹੁੰਦਾ ਹੈ। ਜਦੋਂ ਝੋਨੇ ਨੂੰ ਅਸੀਂ ਪਰਾਲੀ ਨੂੰ ਸਾੜਦੇ ਹਾਂ ਤਾਂ ਉਹਦੇ ਨਾਲ ਜਿਹੜੇ ਹੈ ਧੂੰਏ ਦੇ ਨਾਲ ਬਹੁਤ ਸਾਰੇ ਸੜਕ ਹਾਦਸੇ ਵੀ ਹੁੰਦੇ ਆ, ਜਿਸ ਨਾਲ ਕੀਮਤੀ ਜਾਨਾਂ ਵੀ ਚਲ ਜਾਂਦੀਆਂ ਹਨ। ਸੋ ਮੇਰੀ ਇੱਕ ਵਾਰੀ ਫਿਰ ਸਾਰੇ ਸੰਗਰੂਰ ਵਾਸੀ ਜਿਹੜੇ ਮੇਰੇ ਕਿਸਾਨ ਵੀਰ ਹੈ ਉਹਨਾਂ ਨੂੰ ਅਪੀਲ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਜ਼ਿਲ੍ਹੇ ਨੂੰ ਜੇ ਪ੍ਰਦੂਸ਼ਣ ਮੁਕਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਝੋਨੇ ਦੀ ਜਿਹੜੀ ਪਰਾਲੀ ਹੈ ਉਹਨੂੰ ਆਪਣੇ ਖੇਤਾਂ ਵਿੱਚ ਹੀ ਸਾਂਭਣਾ ਪਵੇਗਾ ਔਰ ਉਹਦੇ ਲਈ ਸਰਕਾਰ ਵੱਲੋਂ ਬਹੁਤ ਸਾਰੀਆਂ ਫੈਸਿਲਿਟੀ ਜਿਹੜੀਆਂ ਨੇ ਦਿੱਤੀਆਂ ਨੇ। ਵੱਡੀ ਗਿਣਤੀ ਵਿੱਚ ਮਸ਼ੀਨਰੀ ਜਿਹੜੀ ਹੈ ਸੰਗਰੂਰ ਜ਼ਿਲ੍ਹੇ ਵਿੱਚ ਮੌਜੂਦ ਹੈ, ਅਸੀਂ ਇਸ ਮਸ਼ੀਨਰੀ ਦਾ ਉਪਯੋਗ ਕਰੀਏ ਅਤੇ ਸ਼ਹਿਰ ਨੂੰ ਔਰ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਈਏ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ IAS ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨੂੰ ਸੁਚੱਜੇ ਢੰਗ ਨਾਲ ਸਾਂਭ ਕੇ ਵਾਤਾਵਰਨ ਨੂੰ ਬਚਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਰੱਖੀ ਹੋਈ ਹੈ
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿਖੇ ਜਲਿਆਂਵਾਲਾ ਬਾਗ ਸ਼ਤਾਬਦੀ ਸਮਾਰਕ 13 ਅਪ੍ਰੈਲ 1919 ਨੂੰ ਹੋਏ ਜਲਿਆਂਵਾਲਾ ਬਾਗ ਕਤਲੇਆਮ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਸੀ, ਜਿੱਥੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ਼ਹੀਦਾਂ ਦੀ ਸੂਚੀ ਨੂੰ ਤੋੜਿਆ ਗਿਆ ਅਤੇ ਸ਼ਹੀਦਾਂ ਦੀ ਬੇਅਦਬੀ ਕੀਤੀ ਗਈ ਹੈ, ਪਰ ਪ੍ਰਸ਼ਾਸਨ ਇਸ ਗੱਲ ਤੋਂ ਪੂਰੀ ਤਰ੍ਹਾਂ ਬੇਖਬਰ ਹੈ। ਸਮਾਜ ਸੇਵੀ ਪਵਨ ਸ਼ਰਮਾ ਨੇ ਕਿਹਾ ਕਿ 452 ਦੇ ਕਰੀਬ ਸ਼ਹੀਦਾਂ ਦੀ ਸੂਚੀ ਇੱਥੇ ਲਗਾਈ ਗਈ ਸੀ, ਪਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ਼ਹੀਦਾਂ ਦੀ ਸੂਚੀ ਨੂੰ ਤੋੜ ਦਿੱਤਾ ਗਿਆ, ਟੁਕੜੇ ਟੁਕੜੇ ਕਰਕੇ ਜ਼ਮੀਨ 'ਤੇ ਸੁੱਟ ਦਿੱਤਾ ਗਿਆ। ਸਮਾਜ ਸੇਵੀ ਨੇ ਕਿਹਾ ਕਿ ਜਿਸ ਵੱਲੋਂ ਵੀ ਇਹ ਘਿਨਾਉਣੀ ਹਰਕਤ ਕੀਤੀ ਗਈ ਉਸਨੂੰ ਫੜ ਕੇ ਉਸਨੂੰ ਕੜੀ ਸਜ਼ਾ ਦੇਣੀ ਚਾਹੀਦੀ। ਜੰਡਿਆਲਾ ਗੁਰੂ ਦੇ ਪਿੰਡ ਚੌਹਾਨ ਨੇੜੇ ਸਕੂਲ ਤੋਂ ਘਰ ਨੂੰ ਸਕੂਟੀ 'ਤੇ ਜਾ ਰਹੀ ਕਲਰਕ ਅਤੇ ਉਸਦੇ ਨਾਲ ਇੱਕ ਮਹਿਲਾ ਅਧਿਆਪਕਾ ਨੂੰ ਟਰੈਕਟਰ ਟਰਾਲੀ ਵਾਲੇ ਵੱਲੋਂ ਸਾਈਡ ਮਾਰ ਕੇ ਫਰਾਰ ਹੋਣ ਦੀ ਖਬਰ ਹੈ। ਇਸ ਹਾਦਸੇ ਦੇ ਵਿੱਚ ਮਹਿਲਾ ਸਕੂਲ ਕਲਰਕ ਦੀ ਮੌਤ ਹੋ ਗਈ ਅਤੇ ਇੱਕ ਹੋਰ ਅਧਿਆਪਕਾ ਦੇ ਗੰਭੀਰ ਫੱਟੜ ਹੋਣ ਦੀ ਜਾਣਕਾਰੀ ਹੈ। ਜਾਣਕਾਰੀ ਦੇ ਅਨੁਸਾਰ ਟਰੈਕਟਰ ਟਰਾਲੀ ਵਾਲਾ ਮੌਕੇ ਤੋਂ ਟਰਾਲੀ ਲੈ ਕੇ ਫਰਾਰ ਹੋ ਗਿਆ। ਕੇਸ ਦੀ ਜਾਂਚ ਕਰ ਰਹੇ ਤਫਤੀਸ਼ੀ ਅਫਸਰ ਤਰਸੇਮ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ, ਜਿਸ ਉਪਰੰਤ ਟਰੈਕਟਰ ਟਰਾਲੀ ਵਾਲੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਂਜੀ, ਇਹ ਕਲਰਕ ਹੀ ਆ ਸਾਡੇ ਸਕੂਲ ਜੋਤੀ ਮੈਡਮ। ਇਹ 2 ਵਜੇ ਦੇ ਕਰੀਬ ਸਕੂਲ ਤੋਂ ਨਿਕਲੇ ਆ, 2:15 ਦੇ ਲਾਗੇ ਇਹਨਾਂ ਨੇ ਮੱਲੀਆਂ ਦੇ ਥੋੜ੍ਹਾ ਅੱਗੇ ਆ ਕੇ ਟਰਾਲੀ ਇਹਨਾਂ ਨੂੰ ਸਾਈਡ ਮਾਰ ਕੇ ਅਤੇ ਉੱਥੇ ਡੇਗ ਹੋਈ ਹੈ ਅਤੇ ਮੌਕੇ 'ਤੇ ਇਹਨਾਂ ਦੀ ਮੌਤ ਹੋ ਗਈ ਹੈ। ਨਾਲ ਦੂਸਰੀ ਮੈਡਮ ਕੌਣ? ਦੂਸਰੇ ਮੈਡਮ ਸੀ ਦਵਿੰਦਰ ਕੌਰ ਮੈਡਮ, ਉਹਨਾਂ ਦੇ ਵੀ ਸਿਰ 'ਤੇ ਸੱਟ ਲੱਗੀ ਹੋਈ, ਕਾਫੀ ਗੰਭੀਰ ਸੱਟ ਆ, ਉਹ ਵੀ ਇਸ ਟਾਈਮ ਹੋਸਪਿਟਲ ਦੇ ਵਿੱਚ। ਪੁਲਿਸ ਆਈ? ਹਾਂਜੀ ਸਰ, ਪੁਲਿਸ ਆਈ। ਕੈਨੇਡਾ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਜਿਸਦੇ ਵਿੱਚ ਜਿਹੜੇ ਵਿਦਿਆਰਥੀ ਕੈਨੇਡਾ ਦੇ ਵਿੱਚ ਡਿਪਲੋਮਾ ਕਰਨ ਜਾ ਰਹੇ ਨੇ ਉਹਨਾਂ ਨੂੰ ਹੁਣ ਵਰਕ ਪਰਮਿਟ ਨਹੀਂ ਮਿਲੇਗਾ, ਜਿਸ ਤੋਂ ਬਾਅਦ ਬੱਚੇ ਹੁਣ ਸਹਿਮ ਗਏ ਨੇ। ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਕਿ ਕੈਨੇਡਾ ਸਰਕਾਰ ਹੁਣ ਲਗਾਤਾਰ ਵੀਜ਼ੇ ਨੂੰ ਲੈ ਕੇ ਸਖ਼ਤ ਹੋ ਰਹੀ ਹੈ। ਨਵੀਂ ਹਦਾਇਤਾਂ ਦੇ ਵਿੱਚ ਕੈਨੇਡਾ ਸਰਕਾਰ ਨੇ ਸਾਫ਼ ਕਹਿ ਦਿੱਤਾ ਕਿ ਜਿਹੜੇ ਬੱਚੇ ਵੀ ਹੁਣ ਡਿਪਲੋਮਾ ਕਰਨ ਲਈ ਕੈਨੇਡਾ ਆ ਰਹੇ ਨੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ। 1 ਨਵੰਬਰ ਤੋਂ ਨਵੀਆਂ ਹਦਾਇਤਾਂ ਲਾਗੂ ਹੋਣਗੀਆਂ, ਜਿਸ ਤੋਂ ਬਾਅਦ ਹੁਣ ਬੱਚਿਆਂ ਦਾ ਰੁਝਾਨ ਯੂਰਪ ਵੱਲ ਵੱਧ ਰਿਹਾ। ਮੋਹਾਲੀ ਦੇ ਟਕੌਲੀ ਦੇ ਬਸੰਤ ਵਿਹਾਰ ਫੇਜ਼ 1 ਦੇ ਸਾਹਮਣੇ ਚੇਨ ਸਨੈਚਿੰਗ ਦੀ ਘਟਨਾ ਵਾਪਰੀ ਹੈ। ਪਲਸਰ ਬਾਈਕ ਸਵਾਰ 2 ਅਣਪਛਾਤੇ ਨੌਜਵਾਨਾਂ ਨੇ ਇੱਕ ਔਰਤ ਦੀ ਚੈਨ ਖੋਲ੍ਹੀ। ਇਸ ਘਟਨਾ ਨੂੰ ਦੇਖ ਕੇ ਉੱਥੇ ਖੜ੍ਹੇ ਇੱਕ ਵਿਅਕਤੀ ਨੇ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਿਹਾ। ਦੋਵੇਂ ਮੁਲਜ਼ਮ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋਏ ਨੇ, ਜਿਸ ਨੂੰ ਲੈ ਕੇ ਥਾਣਾ ਟਕੌਲੀ ਦੀ ਪੁਲਿਸ ਨੇ ਇਹਨਾਂ ਦੀ ਪਛਾਣ ਕਰਕੇ ਆਮ ਲੋਕਾਂ ਨੂੰ ਬੇਨਤੀ ਕੀਤੀ ਕਿ ਜੇਕਰ ਕੋਈ ਇਹਨਾਂ ਵਿਅਕਤੀਆਂ ਨੂੰ ਕਿਤੇ ਵੀ ਦੇਖੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੇ। ਸੰਗਰੂਰ ਪੁਲਿਸ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ 5ਵੀਂ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਮੀਡੀਆ ਨਾਲ ਗੱਲ ਕਰਦੇ ਹੋਏ ਸੰਗਰੂਰ ਦੇ SSP ਸਰਤਾਜ ਸਿੰਘ ਚਹਿਲ ਨੇ ਕਿਹਾ ਕਿ ਮੀਟ ਕਰਾਉਣ ਦਾ ਉਹਨਾਂ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਬਣਾ ਕੇ ਰੱਖਣਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ 4 ਅਥਲੈਟਿਕ ਮੀਟ ਹੋ ਚੁੱਕੇ ਨੇ, ਜਿਸ 'ਚ ਉਹਨਾਂ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ। ਨੌਜਵਾਨਾਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ, ਜਿਸ ਨੂੰ ਦੇਖਦੇ ਹੋਏ ਉਹਨਾਂ ਵੱਲੋਂ 5ਵੀਂ ਅਥਲੈਟਿਕ ਮੀਟ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਨੂੰ ਹਾਂ ਨਸ਼ਿਆਂ ਨੂੰ ਨਾ, ਅੱਜ ਇਸ ਮੋਟੋ ਦੇ ਤਹਿਤ ਅਸੀਂ 5ਵਾਂ ਐਂਟੀ ਡਰੱਗ ਅਵੇਅਰਨੈਸ ਕੈਂਪੇਨ, ਜੋ ਸਟੇਟ ਲੈਵਲ ਐਥਲੈਟਿਕਸ ਮੀਟ ਪੰਜਾਬ ਦੀ ਅਸੀਂ ਕਰਵਾ ਰਹੇ ਹਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਵਾਰ ਹੀਰੋ ਸਟੇਡੀਅਮ ਦੇ ਵਿੱਚ। ਇੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਬੱਚੇ ਆਏ ਹੈਗੇ ਪੂਰੀ ਸਟੇਟ ਵਿੱਚੋਂ, ਵੱਖ ਵੱਖ ਜ਼ਿਲ੍ਹਿਆਂ ਵਿੱਚੋਂ, ਔਰ ਬੱਚੇ ਸਾਰੇ ਦੇ ਸਾਰੇ 20 ਤੋਂ ਵੱਧ ਇਵੈਂਟਸ ਵਿੱਚ ਅੰਡਰ 14 ਤੋਂ ਲੈ ਕੇ ਉੱਤੇ ਤੱਕ ਦੀ ਕੈਟੇਗਰੀਜ਼ ਵਿੱਚ ਪਾਰਟੀਸਪੇਟ ਕਰਨਗੇ। ਇਹਦੇ ਵਿੱਚ ਰੇਸਿਸ ਵੀ ਨੇ, ਇਸ ਦੇ ਵਿੱਚ ਹੋਰ ਸਾਡੇ ਲੌਂਗ ਜੰਪ ਵਰਗੇ ਇਵੈਂਟਸ ਵੀ ਨੇ,
ਅਤੇ ਸਾਡਾ ਮੰਤਵ ਇਹ ਹੈਗਾ ਕਿ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰਨਾ ਹੈ ਕਿ ਉਹ ਤੰਦਰੁਸਤ ਰਹਿਣ, ਉਹ ਪੂਰੇ ਤਰੀਕੇ ਨਾਲ ਨਸ਼ਿਆਂ ਦਾ ਖੰਡਨ ਕਰਨ, ਉਹਨਾਂ ਦੀ ਇਤਲਾਹ ਸਾਨੂੰ ਦੇਣ, ਆਪਣੇ ਰਿਸ਼ਤੇਦਾਰੀ ਵਿੱਚ, ਆਪਣੇ ਪਰਿਵਾਰ ਦੇ ਵਿੱਚ, ਆਪਣੇ ਸਮਾਜ ਦੇ ਵਿੱਚ ਇਹ ਮੈਸੇਜ ਪਹੁੰਚਾਉਣ ਕਿ ਚੰਗੀ ਸਿਹਤ ਬਣਾ ਕੇ ਸਪੋਰਟਸ ਦੇ ਨਾਲ ਜੁੜ ਕੇ ਸਭ ਦੀ ਤਰੱਕੀ ਹੁੰਦੀ ਹੈ। ਏਸ਼ੀਅਨ ਚੈਂਪੀਅਨ ਟਰਾਫੀ ਜਿੱਤ ਕੇ ਪਿੰਡ ਆਉਣ ਵਾਲੇ ਜੁਗਰਾਜ ਸਿੰਘ ਦਾ ਅਟਾਰੀ ਵਾਲਿਆਂ ਨੇ ਨਿੱਘਾ ਸਵਾਗਤ ਕੀਤਾ। ਅਟਾਰੀ ਪਿੰਡ ਵਿੱਚ ਪੂਰੇ ਵਿਆਹ ਵਰਗਾ ਮਾਹੌਲ ਨਜ਼ਰ ਆਇਆ। ਪਿੰਡ ਦੇ ਪਤਵੰਤੇ ਸੱਜਣਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਜਿੱਤ ਦੀ ਖੁਸ਼ੀ ਮਨਾਈ ਗਈ। ਉਹਨਾਂ ਕਿਹਾ ਕਿ ਅਖੀਰਲੇ 7 ਮਿੰਟਾਂ ਦੇ ਵਿੱਚ ਜੁਗਰਾਜ ਸਿੰਘ ਵੱਲੋਂ ਜਿਹੜਾ ਗੋਲ ਕੀਤਾ ਗਿਆ, ਉਹਨਾਂ ਉਸ ਦੇ ਨਾਲ ਸਾਡੀ ਟੀਮ ਦੀ ਜਿੱਤ ਹੋਈ ਹੈ। ਇਸ ਮੌਕੇ ਹਾਕੀ ਖਿਡਾਰੀ ਜੁਗਰਾਜ ਸਿੰਘ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਹਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਪਿੰਡ ਦੇ ਗਰਾਊਂਡ ਨੂੰ ਹੋਰ ਵਧੀਆ ਬਣਾਇਆ ਜਾਏਗਾ। ਇਸ ਮੌਕੇ ਪਿੰਡ ਅਟਾਰੀ ਦੇ ਹਾਕੀ ਕੋਚਾਂ ਨੇ ਕਿਹਾ ਕਿ ਜੁਗਰਾਜ ਅਤੇ ਸ਼ਮਸ਼ੇਰ ਉਹਨਾਂ ਦੇ ਪਿੰਡ ਦੀ ਸ਼ਾਨ ਨੇ ਅਤੇ ਇਹਨਾਂ ਦੀ ਬਦੌਲਤ ਹੀ ਅੱਜ ਕਈ ਨੌਜਵਾਨ ਗਰਾਊਂਡ ਵਿੱਚ ਹਾਕੀ ਖੇਡ ਕੇ ਵਧੀਆ ਪ੍ਰਦਰਸ਼ਨ ਕਰ ਰਹੇ ਨੇ। ਖਬਰ ਨਹੀਂ ਆਈ, ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ।